ਜਿਨ੍ਹਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਔਰ 40 ਦੇ 40 ਸ਼ਬਦਾਂ ਦੇ ਅੰਦਰ ਬਾਬਾ ਰਵਿਦਾਸ ਜੀ ਨੇ ਦੁਨੀਆਂ ਨੂੰ ਮੈਸੇਜ ਦਿੱਤਾ ਹੈ ਕਿ ਭਾਈ ਉਹ ਨਿਰੰਕਾਰ ਇੱਕ ਹੈ। ਜੇ ਉਹ ਨਿਰੰਕਾਰ ਇੱਕ ਹੈ ਤੇ ਉਹਦੇ ਬਣਾਏ ਹੋਏ ਮਨੁੱਖਾਂ ਦੇ ਵਿੱਚ ਕਿਉਂ ਵੰਡੀਆਂ? ਜੇ ਉਹ ਰੱਬ ਇੱਕ ਹੈ, ਰੱਬ ਹਰ ਇੱਕ ਨੂੰ ਇੱਕ ਪ੍ਰਕਾਰ ਦਾ ਸਵਾਸ ਦੇ ਰਿਹਾ ਹੈ, ਇੱਕ ਪ੍ਰਕਾਰ ਦੀ ਮੌਤ ਦੇ ਰਿਹਾ ਹੈ, ਤੇ ਫਿਰ ਵੰਡੀਆਂ ਕਿਉਂ ਹਨ? ਬਾਬਾ ਰਵਿਦਾਸ ਜੀ ਕਹਿੰਦੇ ਆ, ਤੂੰ ਹੀ ਮੋਹੀ ਮੋਹੀ ਤੂੰ ਹੀ। ਕਹਿੰਦੇ ਹੇ ਅਕਾਲ ਪੁਰਖ, ਤੇਰੇ ਔਰ ਮੇਰੇ, ਮੇਰੇ ਔਰ ਤੇਰੇ ਵਿੱਚ ਕੀ ਫਰਕ ਹੈ? ਅੰਤਰ ਕੈਸਾ? ਕੋਈ ਹੈ ਅੰਤਰ? ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ? ਕਨਕ ਕਟਕ ਜਲ ਤਰੰਗ ਜੈਸਾ। ਕੀ ਆ ਫਰਕ? ਜਿਵੇਂ ਸੋਨਾ ਤੇ ਸੋਨੇ ਦੇ ਬਣੇ ਹੋਏ ਗਹਿਣਿਆਂ ਦੇ ਵਿੱਚ ਕੋਈ ਅੰਤਰ ਨਹੀਂ, ਕਿ ਹੈ ਤਾਂ ਸੋਨਾ ਹੀ ਨਾ, ਪਰ ਸੋਨੇ ਤੋਂ ਗਹਿਣੇ ਬਣ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਾਬਾ ਰਵਿਦਾਸ ਜੀ ਦਾ ਇਹ ਹੁਕਮ ਹੈ, ਸ਼੍ਰੀ ਰਾਗ ਦੇ ਅੰਦਰ ਇਹ ਹੁਕਮ ਔਰ ਖੁੱਲੀ ਚੇਤਾਵਨੀ ਹੈ ਵਕਤ ਦੇ ਬ੍ਰਾਹਮਣ ਨੂੰ, ਵਕਤ ਦੇ ਪੁਜਾਰੀ ਨੂੰ, ਕਿ ਤੂੰ ਸਮਾਜ ਦੇ ਵਿੱਚ ਵੰਡੀਆਂ ਪਾਈਆਂ, ਤੂੰ ਸਮਾਜ ਦੇ ਵਿੱਚ ਪਾਂਡੋ ਧਾਣ ਨੂੰ ਜਨਮ ਦਿੱਤਾ, ਤੂੰ ਸਮਾਜ ਨੂੰ ਖਿਲਾਰ ਕੇ ਰੱਖ ਦਿੱਤਾ। ਤੇ ਬਾਬਾ ਰਵਿਦਾਸ ਜੀ ਆਖਦੇ ਆ, ਇਹ ਅਕਾਲ ਪੁਰਖ, ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭਿੰਨ ਭੇਦ ਨਹੀਂ ਹੈ, ਪਰ ਸਮਾਜ ਕਿਉਂ ਵੰਡੀਆਂ ਪਾ ਰਹੇ? ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਇੱਕ ਉਦਾਹਰਨ ਬਾਬਾ ਰਵਿਦਾਸ ਕਹਿੰਦੇ, ਤੇਰੇ ਤੇ ਮੇਰੇ ਵਿੱਚ ਫਰਕ ਇਹੀ ਹੈ ਕਿ ਸੋਨਾ ਤੇ ਸੋਨੇ ਦੇ ਗਹਿਣੇ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ ਐ ਅਨੰਤਾ। ਹੇ ਦਾਤਾ ਜੀ, ਜੇ ਮੈਂ ਕਿਤੇ ਪਾਪੀ ਨਾ ਹੁੰਦਾ ਤੇ ਤੈਨੂੰ ਬਖਸ਼ਣ ਹਾਰਾ ਕਿੰਨੇ ਕਹਿਣਾ ਸੀ ਆਪ ਸਤਨਾਮ। ਹੇ ਦਾਤਾ ਜੀ, ਮੈਂ ਕਿਤੇ ਕੋਈ ਬੁਰਾ ਕਰਮ ਨਾ ਕਰਦਾ ਹੁੰਦਾ ਤੇ ਤੈਨੂੰ ਬਖਸ਼ਣ ਹਾਰਾ ਕਿੰਨੇ ਕਹਿਣਾ ਸੀ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਸਤਿਗੁਰੂ ਸੱਚਾ ਪਾਤਸ਼ਾਹ ਜੀ ਕਹਿੰਦੇ ਆ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ ਕਹੇ ਅਨੰਤਾ। ਪਤਤ ਪਾਵਨ ਨਾਮ ਕੈਸੇ ਹੁੰਦਾ, ਤੈਨੂੰ ਪਵਿੱਤਰ ਪਾਵਨ ਨਾਮ ਦਾ ਮਾਲਕ ਤੈਨੂੰ ਕਿੰਨੇ ਕਹਿਣਾ ਸੀ ਦਾਤਾ ਜੀ। ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਨੇ, ਲੋਕ ਸਮਝਦੇ ਆ, ਲਹਿਰ ਸਮਝਦੀ ਹੈ ਕਿ ਮੈਂ ਸਮੁੰਦਰ ਤੋਂ ਅਲੱਗ ਹਾਂ, ਪਰ ਨਹੀਂ, ਅਲੱਗ ਨਹੀਂ ਹੈ, ਹੈ ਤਾਂ ਉਹਦਾ ਹਿੱਸਾ ਹੀ, ਪਰ ਅਲੱਗ ਕੌਣ ਕਰ ਰਿਹਾ? ਆਪਣੇ ਆਪ ਨੂੰ ਕਰ ਰਿਹਾ। ਜਿਵੇਂ ਅਸੀਂ ਆਪਣੇ ਆਪ ਨੂੰ ਜਾਤਾਂ ਗੋਤਾਂ ਦੇ ਵਿੱਚ ਵੰਡ ਕੇ, ਸਿੱਖ ਸਮਾਜ ਇੱਕੋ ਇੱਕ ਸਮਾਜ ਸੀ ਦੁਨੀਆਂ ਦੇ ਅੰਦਰ, ਜਿਹਦੇ ਵਿੱਚ ਸਾਰੇ ਦੇ ਸਾਰੇ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵਾਧੋ ਜਾਈ ਵਾਲੇ ਕੰਸੈਪਟ ਵਿੱਚ ਪੂਰੇ ਦੇ ਪੂਰੇ ਉਤਰਦੇ ਸਨ। ਪਰ ਹੋਇਆ ਕਿ ਅੱਜ ਸਾਧ ਸੰਗਤ ਜੀ, ਅੱਜ ਸਾਡੇ ਸਿੱਖ ਸਮਾਜ ਦੇ ਵਿੱਚ ਕੋਈ ਰਾਮਗੜੀਆ, ਕੋਈ ਮਜ਼ਬੀ ਸਿੱਖ, ਕੋਈ ਰਵਿਦਾਸੀਆ ਸਿੱਖ, ਕੋਈ 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 ਜੱਟ ਸਿੱਖ, ਕੋਈ ਹੈ? ਗੁਰੂ ਨਾਨਕ ਸਾਹਿਬ ਕਹਿੰਦੇ, ਤੇਰੀ ਜਾਤ ਕੋਈ ਨਹੀਂ ਹੈ, ਜਾਣੋ ਜੋਤ ਨਾ ਪੁੱਛੋ ਜਾਤੀ। ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਅੰਦਰ ਵਰਤ ਰਹੀ ਜੋਤ ਨੂੰ ਪਛਾਣ ਭਾਈ ਤੂੰ। ਗੁਰੂ ਨਾਨਕ ਸਾਹਿਬ ਨੂੰ ਤਰਸ ਆਇਆ ਭਾਈ ਮਰਦਾਨਾ ਜੀ, ਜਿਸ ਨੂੰ ਲੋਕ ਡੂਮ ਕਿਹਾ ਕਰਦੇ ਸਨ,
ਮਰਾਸੀ ਕਿਆ ਕਰਦੇ ਸਨ। ਪਹਿਲੀ ਦਫਾ ਜਦੋਂ ਗੁਰੂ ਨਾਨਕ ਸਾਹਿਬ ਤੇ ਜਾ ਕੇ ਭਾਈ ਮਰਦਾਨਾ ਜੀ ਨੂੰ ਭਾਈ ਕਿਹਾ ਨਾ, ਭਾਈ ਕਿਹਾ ਮੇਰੇ ਸਤਿਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਭਾਈ ਮਰਦਾਨਾ ਜੀ ਢਹਿ ਪਏ, ਆਖਣ ਲੱਗੇ ਸਤਿਗੁਰੂ ਇਹ ਜਿਹੜੇ ਸ਼ਬਦ ਤੁਸੀਂ ਮੈਨੂੰ ਭਾਈ ਕਹਿ ਕੇ ਪੁਕਾਰਿਆ ਨਾ, ਅੱਜ ਤੱਕ ਜਿਹਦੇ ਵੀ ਘਰ ਜਾ ਕੇ ਕਿਸੇ ਦੇ ਘਰੇ ਸ਼ਾਦੀ ਪਾਉਣਾ, ਮੰਗਣਾ ਹੋਣਾ, ਜਾ ਕੇ ਗਾਉਣਾ ਵਜਾਉਣਾ ਕਰਨਾ, ਤੇ ਆਖਦੇ ਸਨ ਇਹ ਮਰਾਸੀ ਹੈ ਨਾ, ਇਹਨੂੰ ਦੋ ਦੋ ਸ਼ਰੀਰ ਰੱਦ ਕਰੋ, ਪਰ ਦਾਤਾ ਜੀ ਤੁਸੀਂ ਮੈਨੂੰ ਭਾਈ ਕਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਬਾਣੇ ਵਿੱਚ ਆਵੇ। ਹੁਣ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਜਦੋਂ ਭਾਈ ਕਿਹਾ ਨਾ, ਇੱਕ ਮੈਂ ਹੋਰ ਬੇਨਤੀ ਕਰ ਦੇਵਾਂ, ਉਹ ਮਰਦਾਨਾ ਜਿਹਨੂੰ ਲੋਕ ਡੂਮ ਕਹਿੰਦੇ ਸਨ, ਬਰਾਸੀ ਕਹਿੰਦੇ ਸਨ, 53 ਸਾਲ ਮੇਰੇ ਸਤਿਗੁਰੂ ਨਾਨਕ ਪਿਤਾ ਦੇ ਨਾਲ ਵਿਚਰੇ ਹੈ, 53 ਸਾਲ 53 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਵਿਚਰੇ ਹੈ, ਔਰ ਗੁਰੂ ਨਾਨਕ ਸਾਹਿਬ ਮਾਫ ਕਰਨਾ, ਗੁਰੂ ਨਾਨਕ ਸਾਹਿਬ ਦਾ ਭਾਵੇਂ ਨਾਮ ਬਾਅਦ ਵਿੱਚ ਆਵੇ, ਭਾਈ ਮਰਦਾਨਾ ਦਾ ਪਹਿਲਾ ਹੁੰਦਾ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਵਿੱਚ ਯੋਗਦਾਨ ਹੈ, ਉਹਦੇ ਬਾਰੇ ਮੈਂ ਵਿਚਾਰ 5 ਮਿੰਟ ਦੇ ਵਿੱਚ ਸਮਾਪਤੀ ਕਰਦਾ ਨਹੀਂ, ਕਿਉਂਕਿ ਅਸੀਂ ਆਪਣੇ ਰਹਿਬਰ ਦਾ ਉਹ ਸਿਨੇਹਾ ਲੈ ਕੇ ਚੱਲੀਏ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਗੁਰੂ ਸਾਹਿਬ ਦੇ ਵਿੱਚ ਜਾਤ ਪਾਤ ਲਈ ਕੋਈ ਜਗ੍ਹਾ ਨਹੀਂ। ਕਲਗੀ ਧਰ ਪਾਤਸ਼ਾਹ ਨੇ ਇਸ ਕੋੜ ਨੂੰ ਖਤਮ ਕਰਨ ਲਈ 1699 ਦੀ ਵਿਸਾਖੀ ਵਾਲੇ ਦਿਨ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਤੋਂ ਤੇ ਵੱਖਰੀਆਂ ਵੱਖਰੀਆਂ ਜਾਤਾਂ ਤੋਂ ਉਹ 5 ਸਰੀਰ ਸਿਲੈਕਟ ਕੀਤੇ, ਉਸ ਮਨੁਵਾਦੀ ਸਿਸਟਮ ਨੂੰ ਖਤਮ ਕਰਨ ਲਈ। ਇਸ ਵਿਚਾਰ ਨੂੰ ਸਮਝੀਏ। ਉਹਨਾਂ ਨੇ ਗੁਰੂ ਸਾਹਿਬ ਦਾ ਸਤਿਕਾਰ, ਪੰਜਾਂ ਪਿਆਰਿਆਂ ਦਾ ਸਤਿਕਾਰ, ਸੰਗਤ ਲਈ ਚਾਹ ਦਾ ਲੰਗਰ ਤਿਆਰ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਅਸੀਂ ਸਮਾਂ ਬਹੁਤ ਸੀਮਤ ਹੈ ਤੇ ਅਸੀਂ ਕੱਲ ਤੱਕ ਸਾਹਿਬ ਪਹੁੰਚਣਾ ਹੈ, ਤੇ ਅਸੀਂ ਇਹ ਜਾਤ ਦੇ ਕੋੜ ਨੂੰ ਖਤਮ ਕਰਨ ਲਈ ਜਿਹੜਾ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਾਤ ਜਾਂ ਸਿੱਖ ਦੋਹਾਂ ਵਿੱਚੋਂ ਇੱਕ, ਜਿਹੜਾ ਸਿੱਖ ਉਹਦੀ ਜਾਤ ਨਹੀਂ, ਜਿਹਦੀ ਜਾਤ ਉਹ ਸਿੱਖ ਨਹੀਂ। ਇਹ ਸਾਡੇ ਗੁਰੂ ਦਾ ਸਿਧਾਂਤ ਹੈ, ਆਪਾਂ ਗੁਰੂ ਦੇ ਸਿਧਾਂਤ ਨੂੰ ਲੈ ਕੇ ਚੱਲੇ ਹਾਂ, ਨਾ ਸਾਡੀ ਕੋਈ ਜਥੇਬੰਦੀ ਨਾ ਪਾਰਟੀ, ਸਾਡਾ ਇੱਕੋ ਹੀ ਜਥੇਦਾਰ ਸਾਡੀ ਅਗਵਾਈ ਕਰ ਰਿਹਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਵੀਰੋ ਭੈਣੋ ਭਰਾਓ, ਜਿੰਨੇ ਵੀ ਸਰੀਰ ਹੈ, ਜਿਹੜਾ ਜਾਤ ਦਾ ਕੋੜ ਆ ਇਹ ਖਤਮ ਕਰੀਏ, ਤਾਂ ਜੋ ਸਮਾਜ ਦੇ ਵਿੱਚ ਭਾਈਚਾਰਾ ਸਾਂਝ ਅਸੀਂ ਬਣਾ ਸਕੀਏ। ਹੁਣ ਅਸੀਂ ਇਸ ਤੋਂ ਬਾਅਦ ਨਮਸਕਾਰ ਕਰਨੀ ਹੈ ਤੇ ਸੰਗਤਾਂ ਨੇ ਚਾਹ ਪਾਣੀ ਛਕਣਾ ਹੈ, ਤੇ ਜਿਸ ਤਰ੍ਹਾਂ ਪ੍ਰੇਮ ਦੇ ਨਾਲ ਇਹ ਮਾਰਚ ਚੱਲ ਰਿਹਾ ਹੈ, ਸਾਰਿਆਂ ਨੇ ਜਿਹੜਾ ਸਹਿਯੋਗ ਕਰਨਾ। ਮੈਂ ਸਮੁੱਚੀ ਕਮੇਟੀ ਦਾ, ਇੱਥੇ ਦੇ ਜਿੰਨੇ ਵੀ ਵੀਰ ਭੈਣਾਂ ਨੇ ਸਤਿਕਾਰ ਕੀਤਾ, ਸਾਰਿਆਂ ਦਾ ਧੰਨਵਾਦ ਕਰਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸੰਗਤ ਜੀ, ਜਿਵੇਂ ਖਾਲਸਾ ਜੀ ਨੇ ਆਪ ਜੀ ਨੂੰ ਦੱਸਿਆ ਕਿ ਪਿੰਡਾਂ ਜਿਹੜਾ ਲੰਬਾ ਹੈ, ਸੰਗਤ ਨੇ ਬੜੀ ਦੂਰ ਪਹੁੰਚਣਾ ਹੈ, ਸਵਾਗਤ ਨੂੰ ਸੰਗਤਾਂ ਦਾ ਰੇਸ ਗੁਰੂ ਘਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਸਾਨੂੰ ਸੰਗਤ ਨੂੰ ਨਹੀਂ, ਇਹ ਤਾਂ ਜਿਹੜੇ ਜਥੇਦਾਰ ਹਨ, ਤਖਤਾਂ ਦੇ ਜਥੇਦਾਰ ਹਨ, ਉਹਨਾਂ ਨੂੰ ਅੱਜ ਤੋਂ ਕਾਫੀ ਚਿਰ ਪਹਿਲਾਂ ਇਹ ਜਿਹੜਾ ਹੁਕਮਨਾਮਾ ਹੈ ਤੇ ਜਾਰੀ ਕਰ ਦੇਣਾ ਚਾਹੀਦਾ ਸੀ ਆਪਣੇ ਆਪ।
ਕਿਉਂਕਿ ਜਿੰਨੇ ਵੀ ਜਥੇਦਾਰ ਹਨ ਉਹਨਾਂ ਨੇ ਆਪਣੀ ਡਿਊਟੀ ਨਹੀਂ ਸਮਝੀ, ਉਹਨਾਂ ਨੇ ਆਪਣਾ ਧਰਮ ਨਹੀਂ ਸਮਝਿਆ ਕਿ ਇਹ ਜਿਹੜਾ ਪਿੰਡਾਂ ਦੇ ਵਿੱਚ ਵਿਤਕਰਾ ਹੋ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ। ਇਸ ਕਰਕੇ ਜਿਹੜੀ ਡਿਊਟੀ ਸੀ, ਇਹ ਜਿਹੜਾ ਧਰਮ ਸੀ, ਇਹ ਜਿਹੜਾ ਫਰਜ਼ ਸੀ, ਤਖਤਾਂ ਦੇ ਜਥੇਦਾਰਾਂ ਦਾ ਬਣਦਾ ਸੀ, ਸਾਡੀਆਂ ਧਾਰਮਿਕ ਸੰਸਥਾਵਾਂ ਦਾ ਬਣਦਾ ਸੀ, ਇਹ ਜਿਹੜਾ ਕੰਮ ਸੀ। ਪਰ ਅੱਜ ਸਾਨੂੰ ਬੇਨਤੀ ਕਰਾਂ ਇਸ ਗੁਰੂਘਰ ਦੇ ਪ੍ਰਧਾਨ ਸਾਹਿਬ ਡਾਕਟਰ ਕਿਰਨ ਕੁਮਾਰ ਜੀ ਦੋ ਸ਼ਬਦ ਸੰਗਤ ਦੇ ਸਨਮੁੱਖ ਹੋਣ ਜੀ। ਡਾਕਟਰ ਕਿਰਨ ਕੁਮਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਭ ਤੋਂ ਵੱਡਾ ਸਿਧਾਂਤ ਹੈ ਏਕ ਪਿਤਾ ਏਕ ਸਕੇਹ ਵਾਸ। ਇਸ ਤੋਂ ਵੱਡਾ ਏਕ ਪਿਤਾ ਏਕ ਸਕੇਹ ਬਾਰਕ, ਇਸ ਤੋਂ ਵੱਡਾ ਨਾ ਕੋਈ ਸਿਧਾਂਤ ਹੋ ਸਕਦਾ ਹੈ, ਨਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਗ੍ਰੰਥ ਹੋ ਸਕਦਾ ਹੈ, ਨਾ ਕੋਈ ਸੰਤ ਹੋ ਸਕਦਾ ਹੈ। ਜੇਕਰ ਸੱਚਮੁੱਚ ਹੀ ਅੱਜ ਆਪਾਂ ਪ੍ਰਣ ਲਿਆ ਹੈ ਕਿ ਜਾਤ ਤੋੜਨੀ ਹੈ, ਸਮਾਜ ਜੋੜਨਾ ਹੈ, ਤਾਂ ਖਾਲਸਾ ਜੀ ਮੈਂ ਤੁਹਾਡੇ ਤੇ ਜ਼ਿੰਮੇਵਾਰੀ ਸੁੱਟਦਾ ਹਾਂ ਕਿ ਤੁਸੀਂ ਤਕੜੇ ਹੋਵੋ ਆਪਣੇ ਅੰਦਰੋਂ, ਕਿ ਆਪਾਂ ਪਹਿਲਾਂ ਆਪਣੇ ਨਾਂ ਦੇ ਮਗਰ ਲੱਗੇ ਗੋਤ ਜਾਂ ਹੋਰ ਆਪਣੇ ਜਾਤ ਦੇ ਸ਼ਬਦਾਂ ਨੂੰ ਖਤਮ ਕਰਨਾ ਹੈ। ਸਿੰਘ ਹੈ ਤਾਂ ਸਿੰਘ ਰਹੋ। ਜਦੋਂ ਖਾਲਸਾ ਸੱਚਮੁੱਚ ਖਾਲਸਾ ਬਣ ਜਾਵੇਗਾ, ਕਿਸੇ ਦੀ ਜੁੱਤ ਨਹੀਂ ਕਿ ਕੋਈ ਜਾਤ ਜੋੜੇ ਜਾਂ ਕੋਈ ਸ਼ਮਸ਼ਾਨ ਘਾਟ ਆਪਣੇ ਅੱਡ ਕਰੇ ਜਾਂ ਕੋਈ ਹੋਰ ਆਪਣੇ ਗੁਰੂ ਸਾਹਿਬ ਦੀਆਂ ਇਹਨਾਂ ਸਿਧਾਂਤਾਂ ਨਾਲ ਛੇੜਛਾੜ ਕਰੇ। ਕਿਸੇ ਦੀ ਕੀਮਤ ਹੈ? ਜਦੋਂ 1.25 ਲੱਖ ਨਾਲ ਇੱਕ ਖਾਲਸਾ ਲੜ ਸਕਦਾ ਹੈ, ਤਾਂ ਹੁਣ ਤਾਂ ਖਾਲਸੇ ਦੀ ਜੋ ਗਿਣਤੀ ਹੈ ਉਹ ਵੱਧ ਹੈ। ਕਿੱਥੇ ਗਿਆ ਉਹ ਜੋਸ਼ ਉਹ ਖਰੋਸ਼, ਕਿੱਥੇ ਗਿਆ ਉਹ ਦਮ, ਕਿੱਥੇ ਗਏ ਉਹ ਮਰਦਮੜੇ? ਉਹ ਤੁਸੀਂ ਹੀ ਹੋ। ਅੱਜ ਵੀ ਉਹ ਹੀ ਅੰਮ੍ਰਿਤ ਵਰਤ ਰਿਹਾ ਹੈ। ਸਤ ਸੰਗਤ ਜੀ, 10 ਸਾਲ ਪਹਿਲਾਂ ਇਸ ਜੋ ਆਪ ਜੀ ਦੇ ਸਾਹਮਣੇ ਦਾਸ ਖੜਾ ਹੈ, ਇਹ ਤਹੀਆ ਕਰ ਲਿਆ ਕਿ ਅੰਮ੍ਰਿਤ ਛਕ ਲੈਣਾ ਹੈ। 3 ਮਹੀਨੇ ਕੇਸ ਨਹੀਂ ਕਟਾਏ, ਇੱਕ ਸੰਪਰਦਾਇ ਨੇ ਗਿਆ, ਬੜੀ ਸੇਵਾ ਕੀਤੀ ਜਾ ਕੇ, ਇੱਕ ਨਾਲ ਆਪਣਾ ਬਜ਼ੁਰਗ ਲੈ ਗਿਆ ਜਿਸ ਤੋਂ ਮੈਂ ਸੰਥਿਆ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੁੰਨਿਆ ਦਾ ਦਿਲ ਸੀ, ਮਾਫ ਕਰਨਾ ਸੰਗਰਾਮ ਸੀ, ਸੰਗਰਾਮ ਦਾ ਦਿਲ ਸੀ। ਉਸ ਸੰਪਰਦਾਇ ਵਿੱਚ ਪੁੰਨਿਆ ਮਨਾਈ ਜਾਂਦੀ ਹੈ। ਸੰਗਰਾਮ ਵਾਲੇ ਦਿਨ ਦਰਬਾਰ ਸਾਹਿਬ ਵਿੱਚ ਸੁਣ ਮਸਾਨ ਸਿਰਫ ਇੱਕ ਉੱਥੇ ਸੇਵਾਦਾਰ, ਉਹ ਮੇਰੇ ਜੋ ਨਾਲ ਦੇ ਮੇਰੇ ਰਿਸ਼ਤੇਦਾਰ, ਮੇਰੇ ਉਹ ਜਿਹੜੇ ਟੀਚਰ ਸਨ ਜਿਨ੍ਹਾਂ ਨੇ ਮੈਨੂੰ ਸੰਥਾ ਦਿੱਤੀ ਸੀ, ਉਹ ਨਾਲ ਸੀ। ਉਹਨਾਂ ਨੇ ਪੁੱਛਿਆ, ਭਾਈ ਕਿਆ ਅੱਜ 12 ਮਹਾ ਸਰਵਣ ਹੋ ਗਿਆ? ਨਹੀਂ ਭਾਈ, ਅੱਜ ਨਹੀਂ ਹੋਇਆ, ਸੇਵਾਦਾਰ ਨੇ ਬੋਲਿਆ, ਕਿਉਂਕਿ ਅੱਜ ਗੁਰੂ ਕਾ ਸਿੱਖ ਗੁਰੂ ਕਾ ਵਜ਼ੀਰ ਨਹੀਂ ਹੈ। ਤਦ ਮੇਰੇ ਨਾਲ ਗਏ ਮੇਰੇ ਉਸ ਬਜ਼ੁਰਗ ਨੇ ਪੁੱਛਿਆ ਕਿ ਜੇ ਕੋਈ ਨਹੀਂ ਹੈ ਤਾਂ ਲਿਆਓ, ਮੈਂ ਕਰ ਦਿੰਦਾ ਭਾਈ, ਮੈਂ 12 ਮਹਾ ਕਰ ਦਿੰਦਾ। ਉਹਨਾਂ ਨੇ ਪੁੱਛਿਆ, ਤੂੰ ਜਾਣਦਾ ਕੌਣ ਹੈ? ਜਦੋਂ ਦਰਬਾਰ ਸਾਹਿਬ ਪੁੱਛਿਆ ਜਾਏ ਤੂੰ ਜਾਣਦਾ ਕੌਣ ਹੈ, ਫਿਰ ਉਹ ਕਾਹਦਾ ਸਿੱਖ, ਕਿੱਥੇ ਗਈ ਸਿੱਖੀ? ਜਦੋਂ ਦਰਬਾਰ ਸਾਹਿਬ ਵਿੱਚ ਇਹ ਪ੍ਰਸ਼ਨ ਹੁੰਦੇ ਹਨ, ਸਾਧ ਸੰਗਤ ਜੀ ਜਾਂ ਉਹ ਕਰੋ, ਮਾਈਕਰੋਸਕੋਪ ਲਗਾ ਕੇ ਦੂਰਬੀਨ ਲਗਾ ਕੇ ਅੱਜ ਸਿੱਖੀ ਦੇ ਅੰਦਰ ਸਭ ਤੋਂ ਬੜਾ ਕੌਣ ਹੈ? ਕੋਈ ਮਨੁਵਾਦ ਅੱਜ ਜਾਤ ਨਹੀਂ ਬੁਲਾ ਰਿਹਾ। ਜਾਤ ਸਾਡੇ ਸਮਾਜ ਬੈਠੇ ਹੋਏ ਆਪਣੇ ਆਪ ਨੂੰ ਜਥੇਦਾਰ ਬੈਠੇ ਸਿੱਖ ਨੂੰ ਸਿੱਖ ਮਰਵਾ ਰਿਹਾ ਹੈ। ਇਹ ਕਿੱਥੇ ਦੀ ਸਿੱਖੀ ਹੈ? ਸੰਗਤ ਜੀ, ਤੁਸੀਂ ਮੁਬਾਰਕ ਹੋ ਜਿਹਨਾਂ ਨੇ ਅੰਮ੍ਰਿਤ ਛਕਿਆ ਹੈ। ਦਾਸ ਦਾ ਤਾਂ ਮਨ ਬੁੱਝ ਗਿਆ, ਮੈਂ ਕਿਹਾ ਨਹੀਂ ਛਕਣਾ ਅੰਮ੍ਰਿਤ, ਪਾਤਸ਼ਾਹ ਅੰਮ੍ਰਿਤ ਨਹੀਂ ਛਕਣਾ, ਜਿੱਦਾਂ ਤੇਰਾ ਹੁਕਮ ਹੁੰਦਾ ਚੱਲੇਗਾ, ਕੇਸ ਤਾਂ ਨਹੀਂ ਰੱਖੇ। ਪਰ ਜਿੰਨੀ ਕੁ ਸਾਹਿਬਾਂ ਨੇ ਮੈਨੂੰ ਮੱਤ ਦਿੱਤੀ, ਸਮੱਤ ਬਖਸ਼ੀ, ਜਿੰਨੀ ਕੁ ਪਾਤਸ਼ਾਹ ਨੇ ਮੈਨੂੰ ਹੁਕਮ ਲਾਇਆ, ਉਨੀ ਕੁ ਮੈਂ ਸੰਗਤਾਂ ਦੇ ਜੋੜੇ ਚਾੜਦਾ ਹਾਂ।
ਦਾਸ ਨੇ ਇਸ ਦਰਬਾਰ ਦੀ ਇੱਕ ਹਿਸਟਰੀ ਲਿਖੀ ਹੈ, ਉਸਦਾ ਨਾਂ ਕਾਵਦਾ ਹੈ ਖਰੌਲਗੜ ਦਰਸ਼ਨ। ਸਾਹਿਬਾਂ ਨੇ 4 ਸਾਲ 2 ਮਹੀਨੇ 11 ਦਿਨ ਇੱਥੇ ਬਿਤਾਏ। ਉਸਨੂੰ ਪਹਿਲੀ ਵਾਰ ਕਰਮ ਬੰਦ ਕਰਕੇ ਦੇਸ਼ ਵਿਦੇਸ਼ ਵਿੱਚ ਪਹੁੰਚਾਇਆ। ਸੰਗਤ ਜੀ, ਇਹ ਇਤਿਹਾਸਕ ਸਥਾਨ ਹੈ ਸਾਹਿਬਾਂ ਦਾ, ਜਿੱਥੇ 1 ਨਹੀਂ 2 ਨਹੀਂ 4 ਸਾਲ 2 ਮਹੀਨੇ 11 ਦਿਨ ਸਾਹਿਬ ਨੇ ਬੰਦਗੀ ਕੀਤੀ ਤੇ ਲੁਕਾਈ ਨੂੰ ਉਸ ਅਕਾਲ ਪੁਰਖ ਨਾਲ ਜੋੜਿਆ। ਸੋ ਸਤ ਸੰਗਤ ਜੀ, ਦਾਸ ਆਪ ਜੀ ਦਾ ਪੂਰੇ ਨਗਰ ਵੱਲੋਂ ਤੇ ਪੂਰੀਆਂ ਖਰਾਲਗੜ੍ਹ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦੇ ਇੱਕ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ ਤੇ, ਮੈਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਹੇ ਗੁਰੂ ਨਾਨਕ ਪਾਤਸ਼ਾਹ, ਜੇ ਤੇਰੇ ਘਰ ਤੋਂ ਤੇਰੇ ਸਿੱਖ ਆ ਸ਼ਰਧਾ ਲੈ ਕੇ ਚੱਲੇ ਹਨ ਤਾਂ ਇਹਨਾਂ ਨੂੰ ਫੱਬੇ ਬਖਸ਼ੀ ਤੇ ਸਾਰੇ ਹੀ ਜਿਹੜੇ ਇਹ ਆਪਣੇ ਰੂਪ ਵਿੱਚ ਸਜੇ ਹਨ ਇਹਨਾਂ ਦਾ ਹੀ ਰੂਪ ਹੋ ਜਾਣ। ਸੋ ਇੰਨੀਆਂ ਹੀ ਬੇਨਤੀਆਂ ਮੈਂ ਕਰਦਾ ਹਿਮਲਾ ਜੱਜ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ ਕਿ ਪ੍ਰਬੰਧਕ ਕਮੇਟੀ ਵੱਲੋਂ ਜਾਤ ਤੋੜੋ ਸਮਾਜ ਜੋੜੋ ਚੇਤਨਾ ਮਾਰਗ ਜੋ ਪ੍ਰਬੰਧਕ ਵੀਰ ਹਨ ਸੰਸਥਾ ਨੂੰ ਪ੍ਰਧਾਨ ਸਾਹਿਬ ਜੀ ਸਾਡੇ ਮੈਂਬਰ ਸਾਹਿਬਾਨ ਜੀ ਸਨਮਾਨਿਤ ਕਰਨਗੇ। ਮੈਂ ਬੇਨਤੀ ਕਰਾਂ ਚੀਮਾ ਜੀ ਨੂੰ, ਖਾਲਸਾ ਜੀ ਨੂੰ ਕਿ ਪ੍ਰਧਾਨ ਸਾਹਿਬ ਜੀ ਪਾਸੋਂ ਸੰਸਥਾ ਦਾ ਜੋ ਸਨਮਾਨ ਹੈ ਪ੍ਰਾਪਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਰੁਮਾਲਾ ਸਾਹਿਬ ਭੇਟਾ ਕੀਤਾ ਜਾਣਗੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਚਾਹ ਦੇ ਲੰਗਰ ਤਿਆਰ ਹਨ, ਲੰਗਰ ਹਾਲ ਦੇ ਵਿੱਚ ਚਾਹ ਦੇ ਲੰਗਰ ਛਕਣ ਦੀ ਕਿਰਪਾਲਤਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।